ਸਿੱਧੂ ਨੂੰ ਸੂਬਾ ਪ੍ਰਧਾਨ ਦੀ ਜਿਹੜੀ ਉਹ ਜ਼ਿੰਮੇਵਾਰੀ ਸੌਂਪੀ ਗਈ ਹੈ। ਕੀ ਤੁਹਾਨੂੰ ਲੱਗਦਾ ਕਿ 2022 ਦੀਆਂ ਚੋਣਾਂ 'ਚ ਕਾਂਗਰਸ ਜਿਹੜੀ ਉਹ ਜਿੱਤ ਹਾਸਲ ਕਰ ਸਕੇਗੀ? ਇਹ ਸਾਰਾ ਕੁਛ ਡਰਾਮੇਬਾਜ਼ੀ ਹੈ ਜੀ। ਸਿੱਧੂ ਇੱਕ ਐਕਟਰ ਬੰਦਾ ਆ, ਜਿੱਦਾਂ ਅਸੀਂ ਇਲੈਕਸ਼ਨ ਕੰਪੇਨ ਦੇ ਵਿੱਚ ਐਕਟਰਾਂ ਨੂੰ ਲੈ ਕੇ ਆਉਂਦੇ ਹਾਂ ਵੀ ਇਹ ਇਲੈਕਸ਼ਨ ਕੰਪੇਨ ਕਰੇ, ਭੋਲੇ ਭਾਲੇ ਵੋਟਰਾਂ ਦੇ ਅਤੇ ਲੋਕਾਂ ਦੇ ਅੱਖਾਂ ਦੇ ਵਿੱਚ ਧੂੜ ਝੋਂਕੀ ਜਾ ਰਹੀ ਹੈ। ਇਹ ਸਿਰਫ ਇਹਨੇ ਐਕਟਿੰਗ ਦੇ ਆਪਣੇ ਪੈਸੇ ਲੈਣੇ ਆ। ਜਿਸ ਤਰ੍ਹਾਂ ਇਹ ਸ਼ੋਅ ਚਲਾਉਂਦਾ ਹੁੰਦਾ ਸੀਗਾ ਕਪਿਲ ਵਾਲਾ ਸ਼ੋਅ, ਉਸ ਸ਼ੋਅ ਦੇ ਵਿੱਚ ਵੀ ਬਗੈਰ ਹਾਸੇ ਤੋਂ ਇਹ ਹੱਸੀ ਜਾਂਦਾ ਸੀ ਪੈਸਿਆਂ ਦੀ ਖਾਤਰ। ਇਹ ਲੋਕਾਂ ਨੂੰ ਚੌਕੇ ਛੁੱਕੇ ਮਾਰ ਕੇ ਬੇਵਕੂਫ ਬਣਾਉਣ ਆਇਆ ਆ, ਅਤੇ ਅੱਜ ਪੰਜਾਬ ਦੀ ਜਨਤਾ ਜਾਗ ਚੁੱਕੀ ਹੈ। ਉਹ ਇਹਨਾਂ ਦੇ ਸਬਜ਼ਵਾਗਾਂ ਦੇ ਵਿੱਚ ਨਹੀਂ ਆਏਗੀ, ਇਹਨਾਂ ਤੋਂ ਸਿਰੇ ਤੋਂ ਨਕਾਰ ਦਿੱਤਾ ਗਿਆ ਆ। ਸਭ ਤੋਂ ਗੱਲ ਵੱਡੀ ਆ ਕਿ ਕਿਸਾਨ ਜਿਹੜੇ ਅੰਦੋਲਨ ਕਰਕੇ ਬੈਠੇ 4.5 ਸਾਲਾਂ ਦੇ ਵਿੱਚ, ਕਿਸਾਨਾਂ ਦਾ ਕੀ ਕੁਛ ਨਹੀਂ ਸਵਾਰ ਸਕੇ, ਇਹ ਆਮ ਜਨਤਾ ਦਾ ਕੀ ਸਵਾਰਨਗੇ? ਕਾਂਗਰਸ ਹਰ ਐਕਟ 'ਤੇ ਫੇਲ ਰਹੀ ਆ ਅਤੇ ਅੱਗੇ ਵੀ ਫੇਲ ਰਹੇ। ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਸੌਂਪੀ ਗਈ ਆ, ਜਿਨ੍ਹਾਂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਜਿਹੜੇ ਉਹ ਲਾਏ ਗਏ ਨੇ। ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮਸੀਹ ਭਾਈਚਾਰੇ ਦੀ, ਤਾਂ ਉਹਨਾਂ ਵਿੱਚੋਂ ਮਸੀਹ ਭਾਈਚਾਰੇ ਵਿੱਚੋਂ ਇੱਕ ਵੀ ਜਿਹੜਾ ਉਹ ਕਾਰਜਕਾਰੀ ਪ੍ਰਧਾਨ ਨਹੀਂ ਥਾਪਿਆ ਗਿਆ, ਜਿਸ ਕਰਕੇ ਮਸੀਹ ਭਾਈਚਾਰੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਪਾਈ ਜਾ ਰਹੀ ਹੈ। ਸਾਡੇ ਨਾਲ ਇੱਥੇ ਕ੍ਰਿਸਚਨ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਿਹੜੇ ਨੇ ਉਹ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਇਸ ਬਾਰੇ ਕੀ ਕਹਿਣਾ। ਹਾਂਜੀ ਸਰ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ, ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਇਹ ਨਾਰਾ ਮੈਂ ਇਸ ਲਈ ਮਾਰ ਰਿਹਾ ਹਾਂ ਕਿਉਂਕਿ ਪੰਜਾਬ ਦੇ ਵਿੱਚ ਸੱਤਾ ਭੋਗਣ ਵਾਲੀ ਅਤੇ ਰਾਜ ਸਥਾਪਿਤ ਕਰਨ ਵਾਲੀ ਕਾਂਗਰਸ ਪਾਰਟੀ, ਜਿਨ੍ਹਾਂ ਦੇ ਸੀ ਐੱਮ ਕੈਪਟਨ ਅਮਰਿੰਦਰ ਸਿੰਘ ਨੇ, ਅੱਜ ਕੱਲ੍ਹ ਬਹੁਤ ਸੁਰਖੀਆਂ ਦੇ ਵਿੱਚ ਨੇ ਕਿ ਇਹ ਸੈਕੂਲਰ ਪਾਰਟੀ ਨੇ ਸਾਰੇ ਵਰਗਾਂ ਦਾ ਧਿਆਨ ਰੱਖਦੇ ਹੋਏ ਇੱਕ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਅਤੇ ਨਾਲ ਉਹਦੇ ਕਾਰਜਕਾਰੀ 4 ਪ੍ਰਧਾਨ ਲਾਏ ਹਨ। ਪਰ ਜਿੱਥੇ 4 ਪ੍ਰਧਾਨ ਲਾਏ ਹਨ, ਇੱਥੇ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਿੱਦਾਂ ਦੀ ਸੋਚ ਹੈ, ਕਿੱਦਾਂ ਦੀ ਫਿਰਕਾ ਪ੍ਰਸਤੀ ਵਾਲੀ ਸੋਚ ਹੈ। ਇਹ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਅਤੇ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਮਸੀਹ ਭਾਈਚਾਰਾ ਵਾਸ ਕਰਦਾ ਆ, ਤਾਂ ਇਹਨਾਂ ਨੂੰ ਹਮੇਸ਼ਾ ਹੀ ਵੋਟਾਂ ਪਾ ਕੇ ਇਹਨਾਂ ਨੂੰ ਨਵਾਜ਼ਦਾ ਆ ਅਤੇ ਇਹਨਾਂ ਦੀ ਸਰਕਾਰ ਬਣਾਉਣ 'ਚ ਮਦਦ ਕਰਦਾ ਆ। ਅੱਜ ਇਹਨਾਂ ਨੇ ਸਾਡੇ ਭਾਈਚਾਰੇ ਨੂੰ ਅੱਖੋਂ ਪਰੋਖੇ ਕਰਕੇ ਇਹ ਪ੍ਰਧਾਨਾਂ ਦੀ ਲਿਸਟ ਦੇ ਵਿੱਚ ਇੱਕ ਵੀ ਮਸੀਹੀ ਲੀਡਰ ਨਹੀਂ ਲਿਆ। ਅੱਜ ਬਹੁਤ ਜ਼ਿਆਦਾ ਰੋਸ ਸਾਡੀ ਕਮਿਊਨਿਟੀ ਦੇ ਵਿੱਚ ਆ, ਜਿੱਥੇ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਤੇ ਲੀਡਰਾਂ ਨਾਲ ਮੇਰੀ ਗੱਲ ਹੋ ਰਹੀ ਹੈ। ਅੱਜ ਮੈਨੂੰ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਦੇ ਵਿੱਚ ਆਉਣ ਦਾ ਮੌਕਾ ਮਿਲਿਆ, ਅਤੇ ਜਿੱਥੇ ਸਾਡੀ ਲੀਡਰਸ਼ਿਪ ਨੇ ਬਹੁਤ ਰੋਸ ਵਜੋਂ ਇਹ ਗੱਲ ਕੀਤੀ ਹੈ ਕਿ ਅਸੀਂ ਆਪਣੇ ਅਹੁਦੇਦਾਰੀਆਂ ਤੋਂ ਜਲਦ ਅਸਤੀਫੇ ਦੇ ਦੇਣੇ ਆ। ਪਰ ਉਹ ਅਸਤੀਫੇ ਪੰਜਾਬ 'ਚ ਨਹੀਂ ਦੇਣੇ, ਕਿਉਂਕਿ ਪੰਜਾਬ ਦੇ ਲੋਕ ਮਸੀਹਾਂ ਦਾ ਦਰਦ ਨਹੀਂ ਸਮਝਦੇ, ਮਸੀਹਾਂ ਨੂੰ ਹਮੇਸ਼ਾ ਅੱਖੋਂ ਪਰੇ ਕੀਤਾ ਜਾਂਦਾ। ਪਿੱਛੇ ਜਦੋਂ 2016 ਦੇ ਐਂਡ ਦੇ ਵਿੱਚ ਇੱਕ ਮਸੀਹੀ ਰੈਲੀ ਕੀਤੀ ਗਈ ਸੀ, ਜਿੱਥੇ ਕੈਪਟਨ ਅਤੇ ਸਾਰੀ ਸੱਤਾਧਾਰੀ ਪਾਰਟੀ ਦੇ ਜਿਹੜੇ ਅੱਜ ਮੰਤਰੀ ਭੋਗ ਰਹੇ ਹਨ, ਉਹ ਸਾਰੇ ਉੱਥੇ ਹਾਜ਼ਰ ਸੀ, ਅਤੇ ਇਹਨਾਂ ਨੇ ਕਮਿਟਮੈਂਟ ਕੀਤੀ ਸੀ 151 ਮੈਂਬਰੀ ਕਮੇਟੀ ਕ੍ਰਿਸਚਨਾਂ ਦੀ ਬਣਾ ਕੇ ਕਿ ਅਸੀਂ 2 ਵਿਧਾਨ ਸਭਾ ਸੀਟਾਂ ਦੇਵਾਂਗੇ, ਨਾਲ ਇੱਕ ਜਿੱਥੇ ਮਾਈਨੋਰਟੀ ਕਮਿਸ਼ਨ ਅਤੇ ਕ੍ਰਿਸਚਨ ਡਿਵੈਲਪਮੈਂਟ ਬੋਰਡ ਹੈ ਉਹਦੇ ਨਾਲ ਹੀ ਇੱਕ ਕੈਬਨਿਟ ਰੈਂਕ ਦੀ ਅਸੀਂ ਚੇਅਰਮੈਨੀ ਵੀ ਦੇਵਾਂਗੇ। ਨਾ ਉਹ ਚੇਅਰਮੈਨੀ ਮਿਲੀ ਅਤੇ ਨਾ ਹੀ ਉਹ ਟਿਕਟਾਂ ਮਿਲੀਆਂ। ਅੱਜ ਮਜਬੂਰ ਹੈ ਸਾਈ ਭਾਈਚਾਰਾ, ਮਸੀਹ ਭਾਈਚਾਰਾ, ਜਦੋਂ 4.5 ਸਾਲ ਲੰਘ ਜਾਣ ਤੋਂ ਬਾਅਦ ਵੀ ਅੱਜ ਜਿਹੜੀ ਇਹ ਕਮੇਟੀ ਬਣਾਈ ਗਈ, ਕਿਸੇ ਵੀ ਮਸੀਹ ਲਈ ਉੱਚ ਸਥਾਨ ਨਹੀਂ ਸੀਗਾ, ਅਤੇ ਅੱਜ ਮਜਬੂਰ ਆ ਕਿ ਅਸੀਂ ਸਾਰੇ ਹੀ ਕ੍ਰਿਸਚਨ ਲੀਡਰ ਜਿੰਨੇ ਵੀ ਕ੍ਰਿਸਚਨ ਆਗੂ ਮੈਂਬਰ ਕਾਂਗਰਸ ਕਮੇਟੀ ਦੇ ਵਿੱਚ ਹਨ, ਉਹ ਆਪਣੇ ਅਸਤੀਫੇ ਦੀ ਬਹਾਰ ਲਾਉਣਗੇ, ਅਤੇ ਛੋਟੇ ਤੋਂ ਛੋਟਾ ਮੈਂਬਰ ਅਤੇ ਵੱਡੇ ਤੋਂ ਵੱਡਾ ਇਹਨਾਂ ਨੂੰ ਅਸਤੀਫਾ ਦੇ ਕੇ ਬਾਏ ਬਾਏ ਕਰੇਗਾ। ਸੋ ਇਹ ਸਨ ਕ੍ਰਿਸਚਨ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਐਲਬਰਟ ਦਵਾ ਜੀ, ਜਿਨ੍ਹਾਂ ਨੇ ਪੰਜਾਬ ਟੂਡੇ ਨਾਲ ਆਪਣੀ ਗੱਲਬਾਤ ਕੀਤੀ ਔਰ ਸਰਕਾਰ 'ਤੇ ਵੀ ਜਿਹੜੇ ਆ ਹਮਲੇ ਕੀਤੇ ਨੇ। ਫਤਿਹਗੜ੍ਹ ਚੂੜੀਆਂ ਤੋਂ ਪੰਜਾਬ ਟੂਡੇ ਲਈ ਰਮੇਸ਼ ਸੋਨੀ।